ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਮੌਕੇ ਤੇ ਦੀ ਹੁਬਰਿਸ ਫਾਊਂਡੇਸ਼ਨ ਦੁਆਰਾ ਸਿੱਖ ਐਨ ਆਕਸੀਡੈਂਟਕ ਰੋਮਾਂਚ ਸ਼ੀਰਸ਼ਕ ਨਾਲ ਪੇਂਟਿੰਗ ਦੇ ਇੱਕ ਵਿਸ਼ੇਸ਼ ਕਲੈਕਸ਼ਨ ਦੀ ਪੱਛਮੀ ਕਲਾਕਾਰ ਦੁਆਰਾ ਸਿੱਖ ਪੇਂਟਿੰਗ ਨੂੰ ਦੁਰਲੱਭ ਪ੍ਰਦਰਸ਼ਨੀ ਪਹਿਲੀ ਵਾਰ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਫੋਰਟ 13 ਅਕਤੂਬਰ ਤੱਕ ਆਯੋਜਿਤ ਕੀਤੀ ਗਈ। ਇਸ ਦੁਰਲੱਭ ਪ੍ਰਦਰਸ਼ਨੀ 'ਚ 19ਵੀਂ ਅਤੇ 20ਵੀਂ ਸ਼ਤਾਬਦੀ ਦੇ ਪੱਛਮੀ ਚਿੱਤਰਕਾਰਾਂ ਦੁਆਰਾ ਬਣਾਏ 80 ਸੰਗ੍ਰਹਾਲਿਆਂ ਚਿੱਤਰਾਂ ਦੀ ਪ੍ਰਕਿਰਤੀਆਂ ਦੇ ਮਾਧਿਅਮ ਨਾਲ ਸਿੱਖ ਸਮੁਦਾਇ ਦੇ ਗੌਰਵ ਅਤੇ ਮਹਾਨਤਾ ਨੂੰ ਦਰਸਾਇਆ ਗਿਆ ਹੈ। ਇਨ੍ਹਾਂ 'ਚ ਦੁਨੀਆ ਭਰ ਦੇ ਮੰਨੇ ਜਾਣ ਵਾਲੇ ਕਲਾਕਾਰਾਂ ਦੁਆਰਾ ਖੂਬਸੂਰਤ ਕਲਾਕ੍ਰਿਤੀਆਂ ਨੂੰ ਪ੍ਰਸਤੁਤ ਕੀਤਾ ਗਿਆ ਹੈ। ਇਸ ਮੌਕੇ ਗੌਤਮ ਸ਼੍ਰੀਵਾਸਤਵ ਸੰਸਥਾਪਕ ਦੀ ਹੁਬਰਿਸ ਫਾਊਂਡੇਸ਼ਨ ਨੇ ਇਸ ਪ੍ਰਦਰਸ਼ਨੀ ਬਾਰੇ ਜਾਣਕਾਰੀ ਦਿੰਦੇ ਹੋਏ ਸਾਰਿਆਂ ਨੂੰ ਇਸ ਪ੍ਰਦਰਸ਼ਨੀ ਨੂੰ ਦੇਖਣ ਦੀ ਅਪੀਲ ਵੀ ਕੀਤੀ ਹੈ। ਅਜੇ ਤੁਹਾਡਾ ਜੀ, ਮੈਂ ਅਨੰਤਵੀਰ ਸਿੰਘ ਅਟਾਰੀ ਵਾਲਾ ਹਾਂ ਜੀ। ਹਾਂਜੀ ਅਟਾਰੀ ਵਾਲੇ, ਕੀ ਕਹਿਣਾ ਚਾਹੋਗੇ ਜਿਹੜਾ ਪ੍ਰਦਰਸ਼ਨੀ ਲੱਗੀ ਹੈ? ਮੈਂ ਕੀ ਕਹਿ ਸਕਦਾ ਜੀ, ਸਾਨੂੰ ਇਹ ਹੈ ਕਿ ਅੱਜ ਸਾਡੀ ਚਿੱਤਾ ਪੂਰੀ ਹੋ ਗਈ ਕਿ ਸਾਡਾ ਮਹਾਰਾਜਾ ਵਾਪਸ ਆ ਗਿਆ ਹੈਗਾ ਪੰਜਾਬ ਦੇ 'ਚ, ਉਹ ਵੀ 550ਵੇਂ ਪ੍ਰਕਾਸ਼ ਉਤਸਵ ਦੇ ਉੱਤੇ ਗੁਰੂ ਬਾਬਾ ਨਾਨਕ ਸਾਹਿਬ ਦੇ ਉੱਤੇ। ਅਸੀਂ ਹੋਰ ਚਾਹੁੰਦੇ ਕੀ ਹਾਂ? ਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਇਸ ਬਾਰੇ? ਮੈਂ ਇਹੀ ਕਹਿ ਸਕਦਾ ਲੋਕਾਂ ਨੂੰ ਕਿ ਅੱਜ ਸਾਡੀ ਆਤਮਾ ਕੰਪਲੀਟ ਹੋ ਗਈ ਹੈ ਅਤੇ ਬਾਬਾ ਜਿਹੜਾ ਵੀ ਆਵੇ, ਜੀ ਆਇਆਂ ਨੂੰ ਆਵੇ, ਦੇਖੇ ਅਤੇ ਇਹ ਤਸਵੀਰਾਂ ਨੂੰ ਦੇਖੇ। ਹਾਂਜੀ, ਇਸ ਸਪਲੈਂਡਰ ਆਫ ਦੀ ਸਿੱਖ, ਹਾਂਜੀ, ਥਰੂ ਯੂਰੋਪੀਅਨਾਈਜ਼ ਹੈ। ਆਪਣੀ ਤਰੀਫ ਤਾਂ ਸਾਰੀ ਦੁਨੀਆ ਕਰ ਹੀ ਸਕਦੀ ਹੈ, ਪਰ ਉਹਨਾਂ ਦੀ ਅੱਖਾਂ ਵਿੱਚੋਂ ਆਪਣੇ ਆਪ ਨੂੰ ਦੇਖੋ ਤਾਂ ਉਹ ਪ੍ਰਦਰਸ਼ਨੀ ਆ ਹੈ। ਟੋਟਲ ਕਿੰਨੀਆਂ ਫੋਟੋਆਂ ਹੈਗੀਆਂ ਜੀ, ਤਸਵੀਰਾਂ? ਵੀਰ ਜੀ, 80-85 ਨੇ। ਹਾਂਜੀ, ਕਈ ਅਸੀਂ ਲਾ ਨਹੀਂ ਸਕੇ ਕਿਉਂਕਿ ਇੰਨੀ ਥਾਂ ਹੈ ਨਹੀਂ ਸੀ। ਹਾਂਜੀ, ਆਪਣਾ ਨਾਮ? ਗੌਤਮ ਸ਼੍ਰੀਵਾਸਤਵ। ਸ਼੍ਰੀਵਾਸਤਵ ਜੀ, ਕਿਆ ਕਹਿਣਾ ਚਾਹੇਂਗੇ ਪ੍ਰਦਰਸ਼ਨੀ ਜੋ ਲਗਾਇਆ? ਜੀ, ਇਹ ਐਗਜ਼ੀਬਿਸ਼ਨ ਹੈ ਪੇਂਟਿੰਗ ਕੀ, ਜੋ ਸਿੱਖੋਂ ਔਰ ਪੰਜਾਬ ਪੇ ਬਣਾਈ ਗਈ ਹੈ। ਫੋਰਨ ਆਰਟਿਸਟ ਨੇ ਬਣਾਈ ਹੈ ਇਹ ਪੇਂਟਿੰਗ, ਔਰ ਇਹ ਕਰੀਬ 1818ਵੀਂ ਸਦੀ ਕਹੀ ਹੈ, ਉਸ ਪੀਰੀਅਡ ਕੀ ਹੈ। ਔਰ ਇਹ ਹਿੰਦੁਸਤਾਨ ਮੇਂ ਨਹੀਂ ਹੈ, ਬਾਹਰ ਕੀ ਮਿਊਜ਼ੀਅਮ ਮੇਂ ਲਟਕੀ ਹੋਈ ਹੈ। ਔਰ ਕਿਉਂਕਿ ਇਹ ਆਦਰ ਔਰ ਸਮਾਨ ਦੇਤੀ ਹੈ ਸਿੱਖੋਂ ਕੋ ਔਰ ਪੰਜਾਬ ਕੋ, ਹਮ ਚਾਹ ਰਹੇ ਥੇ ਕਿ ਵਾਪਸ ਲਾ ਕੇ ਉਨ ਲੋਗੋਂ ਕੋ ਦਿਖਾਇਆ ਜਾਏ ਜਿਨਕੀ ਇਹ ਪੇਂਟਿੰਗਾਂ ਹੈ ਔਰ ਜਿਸ ਏਰੀਆ ਕੋ ਇਹ ਬਿਲੋਂਗ ਕਰਤੀ ਹੈ, ਜੋ ਹੈ ਪੰਜਾਬ, ਜਿਸਕੀ ਹਾਰਟ ਪੰਜਾਬ ਕਾ ਅੰਮ੍ਰਿਤਸਰ। ਇਹ ਕਿੰਨਾ ਦਿਨ ਚਲੇਗੀ ਜੀ ਪ੍ਰਦਰਸ਼ਨ? ਜੀ, ਐਗਜ਼ੀਬਿਸ਼ਨ ਚਲੇਗੀ 3-4 ਦਿਨ, ਉਸਕੇ ਬਾਅਦ ਪਰਮਾਨੈਂਟਲੀ ਡਿਸਪਲੇ ਹੋਗੀ ਅੰਮ੍ਰਿਤਸਰ ਮੇਂ ਬਲੂਮ ਹੋਟਲ ਪੇ, ਆਪ ਲੋਕ ਜਾ ਕੇ ਵਹਾਂ ਦੇਖ ਸਕਤੇ ਹੈਂ। ਬਹੁਤ ਲੰਬੇ ਟਾਈਮ। ਟੋਟਲੀ ਕਿਤਨੀ ਪੇਂਟਿੰਗਸ? ਇਹ ਹੈ ਕਰੀਬ 80 ਪੇਂਟਿੰਗ। ਔਰ ਇਹ ਜੋ ਹੈ, ਇਹ ਕੌਣ ਕੌਣ ਸੇ ਜੋ ਪੇਂਟਰਸ ਹੈ, ਕਹਾਂ ਕਹਾਂ ਸੇ ਹੈ ਜਿਨ੍ਹਾਂ ਨੇ ਬਣਾਇਆ? ਬੜੀ ਲਿਸਟ ਹੈ, ਆਪ ਅਗਰ ਦੇਖੀਏਗਾ ਤੋ ਪ੍ਰੈਸ ਰਿਲੀਜ਼ ਮੇਂ ਹਮਨੇ ਸਾਰੇ ਨਾਮ ਦੀਏ ਹੋਏ ਹੈਂ। 2-3 ਨੇਮਸ ਆਫ ਆਗਸਟ ਸ਼ੈਫਟ ਹੈ, ਐਮਿਲੀ ਹੀਡਨ ਹੈ, ਹਾਰਡਿੰਗ ਸਾਹਿਬ ਹੈ, ਜੌਨ ਚਾਰਲਟਨ ਹੈ, ਹੌਰਸ ਵੈਨ ਰੂਥ ਹੈ, ਐਡਵਿਨ ਲਾਰਡ ਮੀਕਸ ਹੈ। ਇਹ ਹਰ ਆਰਟਿਸਟ ਫੇਮਸ ਔਰ ਰਿਨਾਊਨ ਆਰਟਿਸਟ ਹੈ ਜਿਨ੍ਹਾਂ ਨੇ ਸਿੱਖੋਂ ਕੋ ਪੇਂਟ ਕੀਆ। ਐਲੈਕਸ ਸੋਲਟਿਕੋਫ ਸਾਹਿਬ ਹੈ। ਮੈਸੇਜ ਕਿਆ ਦੇਣਾ ਚਾਹੇਂਗੇ ਅੰਮ੍ਰਿਤਸਰ ਵਾਸੀਓਂ ਕੋ, ਕਿਆ ਮੈਸੇਜ ਦੇਣਾ ਚਾਹੇਂਗੇ? ਮੈਂ ਇਹ ਦੇਣਾ ਚਾਹੂੰਗਾ ਕਿ ਆਪਕੀ ਇੱਕ ਬਹੁਤ ਗਲੋਰੀਅਸ ਹਿਸਟਰੀ ਹੈ ਜੋ ਦੁਨੀਆ ਭਰ ਮੇਂ ਫੈਲੀ ਹੋਈ ਹੈ, ਔਰ ਇਹ ਆਜ ਕੀ ਹਿਸਟਰੀ 1800 ਦੀ ਹੈ, ਔਰ ਆਪ ਲੋਕੋਂ ਕੋ ਬਹੁਤ ਆਦਰ ਔਰ ਪਿਆਰ ਸੇ ਪੇਂਟ ਕੀਆ ਗਿਆ ਹੈ ਦੁਨੀਆ ਭਰ। ਬਲਾਂ ਨਿਊਜ਼ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।